ਬੀਜੇਪੀ ਦਾ ਕੋਈ ਰੋਲ ਨਹੀਂ ਹੈ, ਜੋ ਕੁਛ ਹੋ ਰਿਹਾ ਇਸ ਦੇ ਲਈ ਅਕਾਲੀ ਦਲ ਖੁਦ ਜ਼ਿੰਮੇਵਾਰ ਹੈ। ਇਸ ਵੇਲੇ ਅਕਾਲੀ ਦਲ ਦੀ ਜਿਹੜੀ ਦਿੱਲੀ ਯੂਨਿਟ ਹੈ ਉਸ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ। ਸਰਨਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਦਿੱਲੀ ਪਹੁੰਚੇ, ਕਹਿੰਦੇ ਕਿ ਅਕਾਲੀ ਦਲ 'ਚ ਸਾਰੇ ਖਲੇਰੇ ਦੇ ਪਿੱਛੇ ਦਿੱਲੀ ਹੈ, ਕਿਉਂ ਦਿੱਲੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ? ਦੇਖੋ ਜੀ, ਗੱਲ ਇਹ ਹੈਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਅਤੇ ਉਹਨਾਂ ਦੀ ਲੀਡਰਸ਼ਿਪ ਨੂੰ 100 ਪੈਸੇ ਵੀ ਸੀ ਕਿ ਸਰਦਾਰ ਸੁਖਬੀਰ ਸਿੰਘ ਉਹਨਾਂ ਨਾਲ ਸਮਝੌਤਾ ਉਹਨਾਂ ਦੀਆਂ ਸ਼ਰਤਾਂ 'ਤੇ ਕਰੇਗਾ। ਮੈਨੂੰ ਉਸ ਦੌਰਾਨ ਕਈ ਜਿਹੜੇ ਕਾਂਗਰਸੀ ਸਨ ਉਹ ਬੀਜੇਪੀ ਸ਼ਾਮਿਲ ਹੋਏ ਅਤੇ ਉਹਨਾਂ ਨੇ ਮੈਨੂੰ ਕਿਹਾ ਜੀ ਸਮਝੌਤਾ ਹੋਇਆ 6 ਔਰ 7 ਹੈ, ਤੁਹਾਨੂੰ ਹਨੇਰੇ 'ਚ ਰੱਖਿਆ ਹੋਇਆ ਉਹਨਾਂ ਨੂੰ। ਮੈਂ ਕਿਹਾ ਅਸੀਂ ਹਨੇਰੇ 'ਚ ਰਹਿਣ ਵਾਲੇ ਨਹੀਂ ਹਾਂ। ਸਮਝੌਤਾ ਇੱਕੋ ਸ਼ਰਤ 'ਤੇ ਹੋਏਗਾ ਕਿ ਜਿਹੜੀਆਂ ਪੰਥਕ ਮੰਗਾਂ ਹੈਗੀਆਂ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਕਿਸਾਨਾਂ ਦੀ ਮਸਲਾ ਹੱਲ ਕਰਨਾ ਅਤੇ ਬਾਰਡਰ ਦਾ ਜਿਹੜਾ ਵਪਾਰ ਹੈਗਾ ਉਹ ਖੋਲ੍ਹਣਾ, ਇਹ 3 ਪ੍ਰਮੁੱਖ ਮੰਗਾਂ ਨੇ। ਇਹਦੇ ਬਗੈਰ ਕੋਈ ਗੱਲ ਨਹੀਂ ਬਣ ਸਕਦੀ। ਕਹਿੰਦਾ ਨਹੀਂ ਜੀ 6-7 ਸਮਝੌਤਾ ਹੋਇਆ। ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ। ਇਹ ਕਿੰਨੇ ਕਿ ਕਾਂਗਰਸ ਦਾ ਲੀਡਰ ਸੀ, ਬੀਜੇਪੀ ਜੁਆਇਨ ਕੀਤੀ ਸੀ ਉਸਨੇ, ਠੀਕ ਹੈ। ਅਤੇ ਰਵਨੀਤ ਬਿੱਟੂ ਤਾਂ ਨਹੀਂ ਕਹਿ ਰਹੇ ਤੁਸੀਂ? ਰਵਨੀਤ ਬਿੱਟੂ ਨੂੰ ਬਾਕੀ ਮੈਨੂੰ ਮਿਲਿਆ ਸਾਨੂੰ, ਇੱਕ ਉਹਨਾਂ 'ਚ ਬਾਜਵਾ ਦਾ ਭਰਾ ਸੀ, ਇੱਕ ਹੋਰ ਸੀ। ਉਹਨਾਂ ਨੇ ਕਿਹਾ ਸਮਝੌਤਾ ਹੋਇਆ ਹੋਇਆ, ਬਸ ਐਲਾਨ ਹੋਣਾ ਬਾਕੀ ਹੈ। ਇਹ ਗੱਲ ਜਿਹੜੀ ਸੀ, ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਮੂੰਹ ਲੋਕਾਂ ਨੂੰ ਕਹਿੰਦਾ ਸੀ। ਉਹਨਾਂ ਦੇ PA ਵਗੈਰਾ ਨੇ ਮੇਰੇ ਨਾਲ ਕਈ ਵਾਰ ਗੱਲ ਕੀਤੀ ਹੈ, ਹੁਣ ਜੇ ਤੁਸੀਂ ਨੇੜੇ 'ਚ ਬੈਠੇ ਹੋਏ ਹੋ, ਸਾਡਾ ਸਮਝੌਤਾ ਹੋਇਆ ਹੋਇਆ। ਪਰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਡਿਸਕਸ਼ਨ ਹੋਈ ਉਹਦੇ ਵਿੱਚ ਇਹ 4-5 ਬੰਦੇ ਜਿਹੜੇ ਸਨ ਜਿਹੜੇ ਚੋਣਾਂ ਲੜਨਾ ਚਾਹੁੰਦੇ ਸਨ, ਜਿਨ੍ਹਾਂ ਨੇ ਚੋਣਾਂ ਲੜੀਆਂ, ਉਹਨਾਂ ਤੋਂ ਇਲਾਵਾ ਕੋਰ ਕਮੇਟੀ ਵਾਲਿਆਂ ਨੇ ਕਿਹਾ ਜੀ ਜਦ ਤੱਕ ਪੰਥਕ ਮੰਗਾਂ ਨਾ ਮੰਨੀਆਂ ਜਾਣ ਤਦ ਤੱਕ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਇਹਨਾਂ ਨਾਲ, ਠੀਕ ਹੈ। ਸੀਟਾਂ ਦੀ ਵੀ ਗੱਲ ਸੀ ਵੀ 3 ਹੈਗੀਆਂ, 4 ਲੈ ਲੈਣ। ਬੜੀ ਗੱਲ ਹੈਗੀ ਤੁਸੀਂ ਅੱਧੀ ਸੀਟ ਹੋਰ ਦੇ ਦਿਓ, ਇਹ ਸਾਰੀ ਮੈਂ ਵਰਕਿੰਗ ਕਮੇਟੀ ਦੀ ਗੱਲ ਕਰਦਾ ਪਿਆ। ਪਰ ਉੱਥੇ ਪ੍ਰਧਾਨ ਸਾਹਿਬ ਨੇ ਸਾਰੇ ਕੋਰ ਕਮੇਟੀ ਦੇ ਮੈਂਬਰਾਂ ਦੇ ਵਿਚਾਰ ਸੁਣ ਕੇ ਕਹਿਤਾ ਵੀ ਅਸੀਂ ਜਿਹੜਾ ਕੋਰ ਕਮੇਟੀ ਨੇ ਫੈਸਲਾ ਕੀਤਾ ਅਸੀਂ ਉਸ 'ਤੇ ਪਾਬੰਦ ਰਵਾਂਗੇ। ਉਸ ਤੋਂ ਪਹਿਲਾਂ ਇਹਨਾਂ ਨੇ ਪ੍ਰੈਸ਼ਰ ਪਾਉਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਕੋਠੇ 'ਚ ਵੀ ਮੀਟਿੰਗ ਕੀਤੀ 8-10 ਬੰਦਿਆਂ ਨੇ। ਉੱਥੇ ਵੀ ਇਹਨਾਂ 4 ਬੰਦਿਆਂ ਨੂੰ ਛੱਡ ਕੇ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। ਅਤੇ ਜਦ ਸਮਝੌਤਾ ਹੋਇਆ ਨਹੀਂ ਹੋਇਆ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ BJP ਵਾਲਿਆਂ ਨੇ ਕਿਹਾ ਹੈ ਕਿ ਅਸੀਂ ਹੁਣ ਅਕਾਲੀ ਦਲ ਨੂੰ ਬਹੁਤ ਕਮਜ਼ੋਰ ਕਰਾਂਗੇ ਔਰ ਸੁਖਬੀਰ ਸਿੰਘ ਨੂੰ ਹੀ ਅਸੀਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਵਾਂਗੇ। ਇਹ ਪਾਲਿਸੀ ਇਹਨਾਂ ਦੀ ਖਾਲੀ ਅਕਾਲੀ ਦਲ ਵਾਸਤੇ ਨਹੀਂ ਹੈ, ਥਰੂ ਆਊਟ ਇੰਡੀਆ ਉਹੀ ਖੇਤਰੀ ਪਾਰਟੀ ਬੱਚੀ ਹੈ ਜਿਹਨੇ ਇਹਨਾਂ ਦੇ ਨਾਲ ਰਹਿਣ, ਜਿਹੜੇ ਇਹਨਾਂ ਦੇ ਹਰ ਤਲਵੇ ਚੜ੍ਹਦੇ ਰਹਿਣ, ਅੱਗੇ ਪਿੱਛੇ ਨਹੀਂ ਹੋਏ। ਤੁਸੀਂ ਕੋਈ ਲੈ ਲਓ, ਸ਼ਿਵ ਸੈਨਾ ਜਿਹੜੀ ਸੀ ਮਹਾਰਾਸ਼ਟਰ ਦੀ, BJP ਨੂੰ ਇਸ ਰਾਜ ਸਭਾ ਵਿੱਚ ਆਉਣ ਵਾਸਤੇ, ਰਾਜ ਕਰਨ ਵਾਸਤੇ ਸਭ ਤੋਂ ਵੱਧ ਸਹਿਯੋਗ ਦਿੱਤਾ।
ਮਹਾਰਾਸ਼ਟਰ ਦੀ ਗੱਲ ਸਾਰੀ ਜਗ੍ਹਾ ਚਲੀ ਗਈ। ਨਹੀਂ, ਕੀ ਪੰਜਾਬ 'ਚ ਵੀ ਹੁਣ ਇਹ ਤਸਵੀਰ ਹੋਏਗੀ ਕਿ ਮਹਾਰਾਸ਼ਟਰ ਜਾਂ ਹਰਿਆਣੇ ਵਾਲੀ ਤਸਵੀਰ ਬਣੇਗੀ, ਅਕਾਲੀ ਦਲ ਦੋ ਫਾੜ ਹੋ ਜਾਏਗਾ ਇੱਕ ਪਾਸੇ ਅਕਾਲੀ ਦਲ, ਕਿਉਂਕਿ ਹੁਣ ਤਾਂ ਚੰਦੂ ਮਾਜਰਾ ਵੀ ਕਹਿ ਰਹੇ ਕਿ ਸਿੰਬਲ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ, ਸਿੰਬਲ ਸਾਰਿਆਂ ਦਾ ਵੈ, ਅਸੀਂ ਵੀ ਪਾਰਟੀ ਦਫ਼ਤਰ ਬੈਠਾਂਗੇ। ਉਹਨੂੰ ਕਹੇ ਜੀ ਕਿਵੇਂ ਤੁਸੀਂ ਪਾਰਟੀ ਦਫ਼ਤਰ ਬੈਠੋਗੇ? ਹਾਂ, ਕਿਵੇਂ ਬੈਠੋਗੇ? ਹਾਂ, ਹੈਂ, ਤੁਸੀਂ ਕੀ ਸਮਝਦੇ ਹੋ ਵੀ ਸੈਂਟਰ ਦੀ ਸਰਕਾਰ ਜਾਂ ਬੀਜੇਪੀ ਦੇ ਸਵਾਲ ਤੁਹਾਡੀ ਮਦਦ 'ਤੇ ਆਏਗੀ, ਤੁਸੀਂ ਪਾਰਟੀ 'ਚ ਬੈਠੋਗੇ? ਹਾਂ, ਕਿਸ ਤਰ੍ਹਾਂ ਬੈਠੋਗੇ? ਹਾਂ, ਪਾਰਟੀ ਦੀ ਮੀਟਿੰਗ ਵਿੱਚ ਤਾਂ ਤੁਸੀਂ ਗੱਲ ਨਹੀਂ ਕਰ ਸਕਦੇ, ਤੁਸੀਂ ਆਪਣੇ 6 ਬੰਦੇ ਲੈ ਕੇ ਬਾਹਰ ਗੱਲਾਂ ਕਰਦੇ ਹੋ, ਪਾਰਟੀ 'ਚ ਕਿਵੇਂ ਤੁਸੀਂ ਆ ਜਾਓਗੇ? ਇਹ ਸਰਕਾਰ, ਇਹ ਸਿੰਬਲ ਜਿਹੜਾ ਹੈਗਾ ਕਿਸੇ ਪਰਿਵਾਰ ਦਾ ਤਾਂ ਨਹੀਂ ਹੈ। ਜਦ ਇਹ ਸਿੰਬਲ ਸੁਰਜੀਤ ਸਿੰਘ ਬਰਨਾਲਾ ਕੋਲ ਸੀ ਤਾਂ ਸੰਨ 96 ਵਿੱਚ ਸਰਦਾਰ ਮਨਜੀਤ ਸਿੰਘ ਖੈੜਾ ਬੈਠਾ ਚੰਡੀਗੜ੍ਹ ਦੇ ਵਿੱਚ, ਬਰਨਾਲਾ ਸਾਹਿਬ ਨੇ ਉਹਨੂੰ ਕਿਹਾ ਵੀ ਖੈੜਾ ਸਾਹਿਬ ਹੁਣ ਸਾਡਾ ਸਿੰਬਲ ਦਾ ਹੱਕ ਨਹੀਂ ਹੈ, ਤੁਸੀਂ ਆਪਣੇ ਅਧਿਕਾਰ ਪਾਰਟੀ ਨੂੰ ਦੇ ਦਿਓ, ਪਾਰਟੀ ਸਿੰਬਲ 'ਤੇ ਲੜੇਗੀ। ਇਹ ਸੰਨ 96 ਦੀ ਗੱਲ ਹੈ, ਪਤਾ ਨਹੀਂ ਹੈ ਚੰਦੂ ਮਾਜਰੇ ਹੋਰਾਂ ਨੂੰ। ਇਹਦੀਆਂ ਗਿੱਦੜ ਭੱਪੀਆਂ ਜਿਹੜੀਆਂ ਹੈਗੀਆਂ ਨਾ, ਅਕਾਲੀ ਦਲ ਨਾ ਕਿਸੇ ਦੀ ਸਹੀ ਆ ਅਤੇ ਨਾ ਸਹੀਗਾ। ਨਹੀਂ, ਪਰ ਹੁਣ ਉਹ ਤਾਂ ਕਹਿ ਰਹੇ ਕਿ ਸਿੰਬਲ ਇੱਕ ਪਰਿਵਾਰ ਦਾ ਨਹੀਂ ਹੈ, ਸਿੰਬਲ ਸਾਰਿਆਂ ਦਾ ਵਾ, ਅਸੀਂ ਪਾਰਟੀ ਦਫ਼ਤਰ ਬੈਠਾਂਗੇ। ਕਿਸ ਤਰ੍ਹਾਂ ਬੈਠਣਗੇ? ਉਹਨਾਂ ਨੇ ਪਾਰਟੀ ਨੇ ਕੱਢਿਆ ਥੋੜ੍ਹੀ ਹੈ ਬਾਹਰ, ਪਾਰਟੀ ਤਾਂ ਉਹਨਾਂ ਦੀ ਵੀ, ਕਮਾਲ ਕਰਦੇ ਪਏ, ਪਰਿਵਾਰ ਦੀ ਥੋੜ੍ਹੀ ਹੈ। ਇੱਕ ਮੇਰੀ ਗੱਲ ਸੁਣੋ, ਵਕਤ ਆਏਗਾ ਹਿਸਟਰੀ ਡਿਸੀਜਨ ਲੈਣ ਦੀ ਕੀ ਲੋੜ ਹੈ? ਨਹੀਂ, ਉਹਨਾਂ ਨੂੰ ਬਾਹਰ ਕੱਢਤਾ, ਕੋਈ ਨਹੀਂ ਕੱਢਿਆ ਬਾਹਰ, ਅਤੇ ਫਿਰ ਉਹ ਪਾਰਟੀ 'ਚ ਬਹਿ ਨਹੀਂ ਸਕਦੇ, ਦਫ਼ਤਰ ਬਹਿ ਨਹੀਂ ਸਕਦੇ। ਕਿਉਂ ਨਹੀਂ ਆਏ? ਜਦ ਮੀਟਿੰਗ ਬੁਲਾਈ ਹੈਗੀ ਕੋਰ ਕਮੇਟੀ ਦੀ ਮੀਟਿੰਗ, ਕਿਉਂ ਨਹੀਂ ਆਏ? ਜਥੇਦਾਰਾਂ ਦੀ ਮੀਟਿੰਗ ਕਿਉਂ ਨਹੀਂ ਆਏ? ਉਹਨਾਂ ਦੇ ਖਾਸਮ ਖਾਸ ਨੇ, ਉਹ ਕਹਿ ਦਿੰਦੇ ਆ ਕਿ ਪ੍ਰਧਾਨ ਰਹਿਣਗੇ, ਕਹਿੰਦੇ ਸਾਰੇ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਟੋੜਾ ਪਰਿਵਾਰ, ਢੀਂਡਸਾ ਪਰਿਵਾਰ, ਅਸੀਂ ਸਾਰੇ ਕਹਿ ਰਹੇ ਹਾਂ ਕਿ ਪ੍ਰਧਾਨ ਹਟਾਓ, ਕਿਉਂ ਨਹੀਂ ਹਾਰਦੀ ਜ਼ਿੰਮੇਵਾਰੀ? ਮਾਸਟਰ ਤਾਰਾ ਸਿੰਘ ਦਾ ਪਰਿਵਾਰ ਦੁਬਾਰਾ ਲੈ ਆਉਣਾ ਤੁਸੀਂ? ਹਾਂ, ਕਿਰਨਜੋਤ ਕੌਰ ਗਈ ਸੀ ਨਾ, ਉਹਨੂੰ ਦੁਬਾਰੇ ਆਪਣੀ ਮੀਟਿੰਗ 'ਚ ਲਿਆਉਣਾ, ਮੈਂ ਬੰਨ ਲਾਂਗਾ ਤੁਹਾਨੂੰ। ਧੁਰ ਸਾਹਿਬ ਦਾ ਕਿਹੜਾ ਪਰਿਵਾਰ ਰਹਿ ਗਿਆ ਵੀ ਦੱਸ ਬਾਈ? ਹੁਣ ਧੁਰ ਸਾਹਿਬ ਦੇ ਪਤਾ ਨਹੀਂ ਤ੍ਰੈ ਪੁੱਤਰ ਸਨ, ਅੱਗੋਂ ਕਿਤਨੇ ਪੋਤਰੇ ਸਨ, ਅਤੇ ਇੱਕ ਚੁੱਕੇ ਲਿਆ, ਤਾਂ ਉਹ ਪਰਿਵਾਰ ਹੋ ਗਿਆ ਧੁਰ ਸਾਹਿਬ ਦਾ? ਹੈਂ, ਉਹ ਜੀ ਇਹ ਜਿਹੜੀਆਂ ਗੱਲਾਂ ਹੈਗੀਆਂ ਕਿਸੇ ਹੋਰ ਨੂੰ ਦੱਸੋ, ਸਾਨੂੰ ਨਾ ਦੱਸੋ। ਧੁਰ ਸਾਹਿਬ ਦਾ ਪਰਿਵਾਰ, ਮਾਸਟਰ ਜੀ ਦਾ ਪਰਿਵਾਰ, ਫਲਾਣਾ ਪਰਿਵਾਰ, ਢੀਂਗੜਾ ਪਰਿਵਾਰ, ਚੰਦੋ ਮਾਜਰਾ ਜੀ ਦਾ ਪਰਿਵਾਰ, ਇਹ ਇਹਨਾਂ ਗੱਲਾਂ 'ਚ ਨਹੀਂ ਹੈ। ਤੁਹਾਡੇ 'ਚ ਗੱਲ ਕਰਨ ਦੀ ਸ਼ਕਤੀ ਹੈਗੀ, ਤੁਸੀਂ ਕੋਰ ਕਮੇਟੀ 'ਚ ਆਓ, ਵਰਕਿੰਗ ਕਮੇਟੀ 'ਚ ਆਓ, ਜਥੇਦਾਰਾਂ ਦੀ ਮੀਟਿੰਗ 'ਚ ਆਓ, ਉੱਥੇ ਕਹੋ ਤੁਸੀਂ। ਨਹੀਂ, ਪਰ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਇੰਨੀਆਂ ਹਾਰਾਂ ਹੋਈਆਂ ਨੇ, ਪ੍ਰਧਾਨ ਨਵੇਂ ਆ ਜਾਣ, ਕਿਸੇ ਨੂੰ ਹੱਕ ਇਲੈਕਸ਼ਨ ਹੋ ਜਾਣੇ? ਮੈਨੂੰ ਇਹ ਦੱਸੋ, ਕਿਸ ਪਾਰਟੀ ਨੂੰ ਹਾਰਾਂ ਨਹੀਂ ਹੋਈਆਂ? ਕਿਸ ਪਾਰਟੀ ਨੂੰ ਹੋਇਆ? ਬੀਜੇਪੀ ਨੂੰ 2 ਸੀਟਾਂ ਰਹੀਆਂ 84 'ਚ, ਕੋਈ ਨਾ ਪ੍ਰਧਾਨ ਬਦਲਿਆ, ਜਿਹੜੇ ਵਿਧਾਨ ਸਾਹਿਬ ਜਿਹੜੇ 2 ਸਾਲ ਤੋਂ ਬਾਅਦ ਪ੍ਰਧਾਨ ਬਦਲਿਆ, 2 ਸਾਲ ਬਾਅਦ ਬਦਲਦੇ ਰਹੇ, ਉਹਨਾਂ ਦਾ ਵਿਧਾਨ ਸੀ। ਇਹਦੇ ਵਿੱਚ ਪਾਰਟੀ ਪ੍ਰਧਾਨ ਦਾ ਕਸੂਰਵਾਰ ਬਣਦੇ ਹੋ ਤੁਸੀਂ। 22 ਦੀਆਂ ਚੋਣਾਂ ਤੋਂ ਬਾਅਦ ਕਦੀ ਪਾਰਟੀ ਨੂੰ ਇਹ ਗੱਲ ਕਿਹਾ ਵੀ 22 ਦੀਆਂ ਚੋਣਾਂ ਤੋਂ ਬਾਅਦ ਸਾਨੂੰ ਇਹ ਕਰਨਾ ਚਾਹੀਦਾ? ਕਦੀ ਡਿਸਕਸ ਕੀਤਾ ਨੇ? ਚਲੋ, ਮੈਂ ਤਾਂ ਲੇਟ ਆਇਆ ਪਿਛਲੇ 1.5 ਸਾਲ ਦਾ, 2 ਸਾਲ ਦਾ, ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਰਿਕਾਰਡ ਹੈ ਤੁਸੀਂ ਇਹ ਕਿਹਾ ਹੋਵੇ? ਸਵਾਜ ਦੱਸਿਆ ਜੀ ਪਾਰਟੀ ਦਾ ਪ੍ਰਧਾਨ ਬਦਲਦੇ ਹੋ? ਨਹੀਂ, ਜੇ ਬਦਲ ਦਿੱਤਾ ਜਾਂਦਾ, ਜੇ ਕੋਈ ਹੋਰ ਆ ਜਾਂਦਾ, ਇਹਦੇ 'ਚ ਹਰਜ ਕੀ ਹੈ? ਮੈਂ ਕਹਿ ਰਿਹਾ ਜੀ ਸਾਨੂੰ ਦੱਸਣ ਤਾਂ ਸਹੀ ਨਾ ਵੀ ਕਿਹੜਾ ਪ੍ਰਧਾਨ ਹੈ, ਉਹ ਕੈਨ ਰਿਪਲੇਸ ਹਰ ਸੁਖਬੀਰ ਸਿੰਘ। ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਗੱਲ ਚੱਲ ਰਹੀ ਹੈ, ਮਨਪ੍ਰੀਤ ਅਯਾਲੀ ਨਾਲ ਗੱਲ ਚੱਲ ਰਹੀ ਹੈ, ਜਿਹੜਾ ਵੀ ਪ੍ਰਧਾਨ ਹੋਏਗਾ ਸੀਐਮ ਚਿਹਰਾ ਨਹੀਂ ਹੋਏਗਾ। ਮੇਰੀ ਗੱਲ ਸੁਣੋ, ਮਨਪ੍ਰੀਤ ਅਯਾਲੀ ਨੇ ਮੈਨੂੰ ਕਿਹਾ ਹੈ, ਮੇਰੇ ਕੋਲ ਬਹੁਤੀ ਗੱਲਬਾਤ ਨਹੀਂ ਹੈ, ਮੈਂ ਪ੍ਰਧਾਨੀ ਦਾ ਕੋਈ ਕੈਂਡੀਡੇਟ ਨਹੀਂ ਹਾਂ, ਬਿਲਕੁਲ। ਲੇਕਿਨ ਮਨਜਿੰਦਰ ਸਿਰਸਾ ਤਾਂ ਇੱਥੋਂ ਤੱਕ ਕਹਿ ਰਹੇ, ਕਹਿੰਦੇ ਕਿ ਮਨਜਿੰਦਰ ਸਿਰਸਾ ਕਹਿੰਦੇ ਵਿਕਰਮ ਮਜੀਠੀਆ ਦੀ ਖਾਮੋਸ਼ੀ ਇਹ ਕਹਿ ਰਹੀ ਹੈ ਕਿ ਇਸ ਪੂਰੇ ਮਸਲੇ ਤੇ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਵਿਰੋਧ ਕਰਵਾਇਆ ਜਾ ਰਿਹਾ ਇਹ ਵਿਕਰਮ ਮਜੀਠੀਆ ਕਰਵਾ ਰਹੇ। ਮੈਂ ਕਹ ਰਿਹਾ ਜੀ ਉਂਝ ਤੂੰ ਬਹੁਤਾ ਆਪਣੇ ਆਪ ਨੂੰ ਹੁਸ਼ਿਆਰ ਨਾ ਸਮਝ ਤੇ ਬਹੁਤਾ ਸਿਆਸਤਦਾਨ ਨਾ ਸਮਝ,
ਹੈਂਜੀ ਤੂੰ ਜਿਹੜੀ ਲੁੱਟ ਸੁੱਟ ਪਾਈ ਹੈ ਨਾ ਉਹ ਇਹਨਾਂ ਦੇ ਨਾਲ ਲੱਗ ਕੇ ਉਹ ਹੀ ਵਿਚਾਰਿਆਂ ਦੇ ਬਥੇਰੀ ਹੈ ਜਿਸ ਦਿਨ ਇਹਨਾਂ ਦਾ ਪਾਸਾ ਪਲਟਿਆ ਨਾ ਉਸ ਦਿਨ ਤੂੰ ਦਿੱਲੀ ਨਜ਼ਰ ਵੀ ਨਹੀਂ ਆਏਗਾ ਬਹੁਤਾ ਸਿਆਸਤਦਾਨਾ ਬਣ ਮੈਂ ਜਾਣਦਾ ਕਿੰਨਾ ਕੁ ਸਿਆਸਤਦਾਨ ਹੈ ਤੂੰ ਬਾਕੀ ਗੱਲ ਰਹੀ ਮਜੀਠੀਆ ਕਰਾ ਰਿਹਾ ਫਲਾਣਾ ਕਰਾ ਰਿਹਾ ਇਹਦੀਆਂ ਗੱਲਾਂ 'ਚ ਕੋਈ ਦਮ ਨਹੀਂ ਪਿਆ ਤੂੰ ਇਹ ਜੇ ਝੂਠ ਔਰ ਕੁਫਰ ਨਾ ਬੀਜੇਪੀ ਦੀ ਮੀਟਿੰਗਾਂ 'ਚ ਬੋਲਿਆ ਕਰ ਸਾਡੇ ਸਾਹਮਣੇ ਨਾ ਬੋਲਿਆ ਕਰ ਸਿਰਸਾ ਇਹ ਕਹਿ ਰਹੇ ਕਿ ਮਜੀਠੀਆ ਦੀ ਖਾਮੋਸ਼ੀ ਸਿਰਸਾ ਕਹਿ ਰਿਹਾ ਔਰ ਤੁਹਾਨੂੰ ਬੰਦਾ ਕੋਈ ਨਹੀਂ ਮਿਲਿਆ ਨਹੀਂ ਮਜੀਠੀਆ ਦੀ ਖਾਮੋਸ਼ੀ ਮੈਂ ਕਰ ਰਹੀ ਮਜੀਠੀਆ ਨਾਲ ਤੁਹਾਡੀ ਗੱਲਬਾਤ ਹੋਈ ਹੈ ਇੱਕ ਮੇਰੀ ਗੱਲ ਸੁਣੋ ਮਜੀਠੀਆ ਨੂੰ ਕਦੀ ਬੋਤਾ ਬੋਲਦਾ ਵੇਖਿਆ ਨੇ ਵੇਖਿਆ ਨੇ ਨਹੀਂ ਉਹ ਹਰ ਮਸਲੇ ਤੇ ਬੋਲਦੇ ਆ ਜਦੋਂ ਪਾਰਟੀ ਇੰਨੀ ਔਖੇ ਗੇਟ ਦੇ ਵਿੱਚ ਹੈ ਮੈਂ ਕਹਿ ਰਿਹਾ ਜੀ ਕੋਈ ਮਸਲਾ ਆਏਗਾ ਉਹ ਬੋਲੇਗਾ ਹੈਂਜੀ ਉਹਦੇ 'ਚ ਕੀ ਹੈ ਜੀ ਹੁਣ ਤੁਸੀਂ ਕਹਿ ਰਹੇ ਹੋ ਜੀ ਮਜੀਠੀਆ ਚੁੱਪ ਹੈ ਜੇ ਉਹਦਾ ਨਾਂ ਕੀ ਫਿਰ ਕਹੋਗੇ ਜੀ ਪਰਿਵਾਰ 'ਚ ਕਰ ਰਹੇ ਨੇ ਫਲਾਣ ਕਰ ਰਹੇ ਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਦੋਸ਼ ਰੱਖਦੇ ਪਰਿਵਾਰ 'ਚ ਗੱਲ ਕਰਦੇ ਨੇ ਉਹ ਆਪਣੇ ਵਰਕਰਾਂ ਆਪਣੇ ਜਥੇਦਾਰਾਂ 'ਚ ਬੈਠ ਕੇ ਗੱਲ ਕਰ ਰਹੇ ਨੇ ਤੁਸੀਂ ਆਓ ਨਾ ਬੈਠ ਕੇ ਗੱਲ ਕਰੋ ਨਾ ਤੁਸੀਂ ਜਥੇਦਾਰਾਂ ਦਾ ਜ਼ਿਕਰ ਕੀਤਾ ਸਿਰਸਾ ਹੋਰੀ ਤਾਂ ਜਥੇਦਾਰ ਦੀ ਭੂਮਿਕਾ 'ਤੇ ਵੀ ਸਵਾਲ ਖੜੇ ਕਰ ਰਹੇ ਕਹਿੰਦੇ ਕਿ ਉਹ ਇੱਕ ਪਾਰਟੀ ਅਤੇ ਇੱਕ ਪਰਿਵਾਰ ਦਾ ਪੱਖ ਲੈਂਦੇ ਆ ਇਸ ਕਰਕੇ ਉਹਨਾਂ ਦੀ ਕ੍ਰੈਡੀਬਿਲਿਟੀ ਘਟਦੀ ਹੈ ਇਸੇ ਵਜ੍ਹਾ ਕਰਕੇ ਅੰਮ੍ਰਿਤਪਾਲ ਜਾਂ ਹੋਰ ਬੰਦੇ ਜਿੱਤੇ ਨੇ ਉਹਨੂੰ ਕਹੋ ਜੀ ਇੱਦਾਂ ਮਤਲਬ ਜਿਹੜੀਆਂ ਅਸੀਂ ਚਿੱਠੀਆਂ ਜਥੇਦਾਰ ਸਾਹਿਬ ਨੂੰ ਦੇ ਕੇ ਆਏ ਸਨ ਤੇਰੇ ਖਿਲਾਫ਼ ਤੇਰੀ ਚੋਰੀ ਚਕਾਰੀ ਦੀਆਂ ਤੇਰੀ ਕਰਪਸ਼ਨ ਦੀਆਂ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ 15 ਦਿਨਾਂ 'ਚ ਮੀਟਿੰਗ ਬੁਲਾਵਾਂਗਾ ਇਹਦਾ ਮਤਲਬ ਉਹ ਤੇਰੀ ਤੁਸੀਂ ਆਪਣਾ ਅਸਰ ਰਸੂਲ ਰਖਵਾਈ ਹੈਂ ਇਹ ਤੂੰ ਉਸਦਾ ਨਾਂ ਕੀ ਰਖਵਾਈ ਨਾ ਉੱਥੇ ਸਾਨੂੰ 1, 2, 3, 4, 5 ਪ੍ਰਧਾਨਾਂ ਨੂੰ ਬੁਲਾਇਆ ਸੀ ਉੱਥੇ ਤੂੰ ਜਵਾਬ ਨਹੀਂ ਦੇ ਸਕਿਆ ਤੈਨੂੰ ਗੱਲ ਕਰਨ ਦਾ ਰਸਤਾ ਨਹੀਂ ਮਿਲਿਆ ਕੀ ਗੱਲ ਕਰਦਾ ਇਹਨੂੰ ਮੇਰੇ ਸਾਹਮਣੇ ਬਿਠਾਓ ਪਰ ਮੈਂ ਇਹਦੀਆਂ ਸਾਰੀ ਫੂਕ ਨਾ ਕੱਢਦੀ ਬਣ ਕਹਿਣਾ ਤੁਸੀਂ ਉਹ ਤਾਂ ਤੁਹਾਡੇ ਬਾਰੇ ਵੀ ਕਹਿੰਦੇ ਨੇ ਕਹਿੰਦੇ ਅਕਾਲੀ ਦਲ ਦਾ ਦਿੱਲੀ ਦਾ ਪ੍ਰਧਾਨ ਹਰਿਆਣੇ 'ਚ ਜਾ ਕੇ ਕਾਂਗਰਸ ਨੂੰ ਹਮਾਇਤ ਦੇ ਰਿਹਾ ਭੁਪਿੰਦਰ ਹੁੱਡਾ ਨੂੰ ਹਮਾਇਤ ਦੇ ਰਿਹਾ ਇੱਕ ਮੇਰੀ ਗੱਲ ਸੁਣੋ ਇਹਨਾਂ ਨੇ ਮੇਰੀਆਂ ਫੋਟੋਆਂ ਕੱਢੀਆਂ ਸੋਨੀਆ ਗਾਂਧੀ ਨਾਲ ਫਲਾਣੇ ਨਾਲ ਢੀਂਗੇ ਗੱਲ ਮੈਂ ਕਹਿ ਸਨ 76 ਤੋਂ ਲੈ ਕੇ ਮੇਰੇ ਕੋਲ 2 ਸੂਟਕੇਸ ਭਰੇ ਹੋਏ ਨੇ ਮੈਂ ਗੁਰਦੁਆਰਾ ਕਮੇਟੀ 'ਤੇ 95 'ਚ ਆਇਆ ਨਾ ਹੈਂਜੀ ਪਰ ਉਸ ਤੋਂ ਪਹਿਲੇ ਤਾਂ ਮੈਂ ਅਕਾਲੀ ਸਾਂ ਬਤੌਰ ਅਕਾਲੀ ਮੈਂ ਸਾਰੇ ਲੀਡਰਾਂ ਨੂੰ ਮਿਲਦਾ ਰਿਹਾ ਮੁਲਾਇਮ ਸਿੰਘ ਨਾਲ ਫੋਟੋਆਂ ਮੇਰੇ ਨਾਲ ਚੌਧਰੀ ਚਰਨ ਸਿੰਘ ਦੀਆਂ ਮੇਰੇ ਨਾਲ ਚੰਦਰ ਸ਼ੇਖਰ ਦੀਆਂ ਮੇਰੇ ਨਾਲ ਹੁਣ ਕਈਆਂ ਦੇ ਤਾਂ ਮੈਂ ਨਾ ਫੋਟੋ ਕੱਢਿਆ ਨਾ ਭੁੱਲ ਗਿਆ ਤੂੰ ਫੋਟੋਆਂ ਲੈਣੀਆਂ ਮੈਂ ਤੈਨੂੰ 1000 ਫੋਟੋ ਦਿੰਦਾ ਕਾਂਗਰਸ ਦੇ ਨਾਲ ਹੈਂਜੀ ਸੋਨੀਆ ਗਾਂਧੀ ਦੀਆਂ ਜਿਹੜੇ ਤੂੰ ਫੋਟੋਆਂ ਕੱਢਦੇ ਪਿਆ ਮੈਂ ਤੇ ਐਡਮਿਟ ਕਰਦਾ ਮੈਂ ਹਾਂ ਮੈਂ ਮਿਲਦਾ ਵਾਂ ਨਹੀਂ ਹੁੱਡਾ ਨੂੰ ਹਮਾਇਤ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ ਥੋੜਾ ਕਲੀਅਰ ਕਰ ਦਿਓ ਹੁੱਡਾ ਵਾਲੀ ਜਿਹੜੀ ਤਸਵੀਰ ਬੁੱਕੇ ਦਿੰਦੇ ਉਹਦੀ ਉਹ ਹਮਾਇਤ ਹੈ ਜਾਂ ਵੈਸੇ ਮਿਲਣਗੇ ਤੁਸੀਂ ਐਡੇ ਸਿਆਣੇ ਬੰਦੇ ਹੋ ਉਹਨੂੰ ਇੱਕ ਜਗ੍ਹਾ 10 ਮੈਂ ਹਰਿਆਣੇ 'ਚ ਬੁੱਢੇ ਨੂੰ ਮਿਲਣ ਗਿਆ ਵਾਂ ਇਸ ਸਾਰੀ ਇਲੈਕਸ਼ਨ 'ਚ ਮੈਂ ਨਹੀਂ ਗਿਆ ਹੈਂ ਤੇ ਹੁਣ ਮੈਂ ਕੀ ਹੈਗਾ ਉੱਥੇ ਮੈਨੂੰ ਕੋਈ ਕੰਮ ਕਵੇ ਬਈ ਮੈਂ ਹੁੱਡਾ ਸਾਹਿਬ ਕੋਲ ਕੰਮ ਹੈਗਾ ਮੇਰੇ ਨਾਲ ਚੱਲੋ ਮੈਂ ਨਹੀਂ ਚੱਲਾਂਗਾ ਮੈਂ ਹੁੱਡਾ ਸਾਹਿਬ ਕੋਲ ਉਹ ਕੰਮ ਕਰਵਾਏ ਨੇ ਦਿੱਲੀ ਕਮੇਟੀ ਦੇ ਜਿਹੜੇ ਤੁਸੀਂ ਜਮ ਕੇ ਨਹੀਂ ਕਰਾ ਸਕਦੇ ਕਿਸੇ ਕੋਲ ਤੁਸੀਂ ਕਹਿ ਰਹੇ ਕੋਈ ਹਮਾਇਤ ਨਹੀਂ ਦਿੱਤੀ ਕਦੀ ਹਮਾਇਤ ਦਿੱਤੀ ਹੈ ਜੀ ਇਹ ਕਿਹੜਾ ਵਕਤ ਹੈਗਾ ਹਮਾਇਤ ਲੈਣ ਦਾ ਦੇਣ ਦਾ ਅਕਾਲੀ ਦਲ ਆਪਣੀ ਲੜਾਈ 'ਚ ਬੈਠਾ ਹੋਇਆ ਹੈ ਇਹ ਕਹਿੰਦਾ ਜੀ ਹੁੱਡੇ ਨੂੰ ਹਮਾਇਤ ਦਿੱਤੀ ਹੈ ਇਹ ਮੈਂ ਤੇ ਦੋਨੋਂ ਗਏ ਸਾਂ ਹੁੱਡੇ ਨੂੰ ਮਿਲਣ ਨਾਲ 2 ਬੰਦੇ ਹੋਰ ਸਨ ਜੇ ਲੱਗੇ ਕਿੱਥੇ ਜਾ ਰਹੇ ਹੋ ਮੈਂ ਕਿਹਾ ਯਾਰ ਹੁੱਡੇ ਕੋਲ ਕੰਮ ਜਾ ਰਿਹਾ ਯਾਰ ਮੈਨੂੰ ਵੀ ਮਿਲਾ ਦਿਆ ਕੀ ਹੈ ਮੈਨੂੰ ਜੋ ਕੰਮ ਦਿੱਲੀ ਕਮੇਟੀ ਦੇ ਮੈਂ ਹੁੱਡੇ ਸਾਹਿਬ ਕੋਲੋਂ ਕਰਾਏ CLU 70 ਏਕੜ ਜ਼ਮੀਨ
15 ਦਿਨਾਂ ਚ ਕਰਕੇ ਉਹਦਾ ਪੀਏ ਸਨ ਟੈਲੀਫੋਨ ਕਰਦਾ ਗੁਰਦੁਆਰਾ ਕਮੇਟੀ ਚ, ਸਰਨਾ ਸਾਹਿਬ ਆਪ ਕੀ ਸੀਐਲਯੂ ਹੋ ਗਈ ਹੈ, ਕਾਗਜ਼ੀ ਕਾਰਵਾਈ ਕਰਾ ਲਓ, ਤੁਹਾਡੇ ਚ ਹਿੰਮਤ ਹੈ? ਇੱਕ ਟਕਾ ਨਹੀਂ ਲੱਗਾ ਮੇਰਾ, ਇੱਕ ਟਕਾ। ਉਹ ਮੈਨੂੰ ਕਿੱਥੇ ਬੁਲਾਏ? ਮੈਂ ਕਿਉਂ ਆਪਣੇ ਸੰਬੰਧ ਖਰਾਬ ਕਰਾਂ, ਕਿਉਂ ਕਰਾਂ? ਮੇਰੇ ਰਿਲੇਸ਼ਨ ਉਹਦੇ ਨਾਲ 2004 ਤੋਂ, ਜਿਹਦਾ ਮੈਂ ਫਾਇਦਾ ਉਠਾਇਆ। ਜੇ ਮੈਂ ਸੋਨੀਆ ਗਾਂਧੀ ਨੂੰ ਮਿਲਿਆ ਨਾ, ਤੇ ਮੈਂ ਬਲੈਕਲਿਸਟ ਖਤਮ ਕਰਾਈ ਹੈ। ਜੇ ਸੋਨੀਆ ਗਾਂਧੀ ਨੂੰ ਮਿਲਿਆ ਤੇ ਬਲੈਕਲਿਸਟ ਖਤਮ ਕਰਨ ਤੋਂ ਇਲਾਵਾ ਦਵਿੰਦਰਪਾਲ ਸਿੰਘ ਭੁੱਲਰ, ਕੁੱਕੀ ਗਿੱਲ ਨੂੰ ਰਿਹਾ ਕਰਾਇਆ। ਅੱਜ ਤੁਹਾਡੀ ਪਾਰਟੀ ਜਿਹੜੀ ਹੈ ਉਹ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜੀ ਫਾਂਸੀ ਦੀ ਸਜ਼ਾ ਤੋਂ ਅਸੀਂ ਉਮਰ ਕੈਦ ਕਰਾਈ, ਉਹਨੂੰ ਰਿਹਾ ਕਰ ਸਕੀ ਹੈ? ਦੂਜਾ, ਜਲੰਧਰ ਵੈਸਟ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਕੈਂਡੀਡੇਟ ਹੋ। ਮੈਨੂੰ ਸਾਰੀ ਗੱਲ ਦਾ ਜਵਾਬ ਦੇ ਦਿਓ, ਕੋਈ ਜਵਾਬ ਲੈ ਮੇਰੇ ਕੋਲੋਂ। ਹੁੱਡਾ ਸਾਹਿਬ ਨੂੰ ਮੈਂ ਕੁਝ ਦਿਨ ਆ ਕੇ ਕਮਰਿਆਂ ਚ ਛੁੱਪੇ ਮਿਲਿਆ। ਮੇਰੇ ਨਾਲ ਜਿਹੜੇ ਤੇਰੇ ਨਾਲ ਬੈਠੇ ਹੋਏ 300 ਬੰਦਾ ਸੀ, ਜਦ ਅਸੀਂ ਮੈਡਮ ਸੋਨੀਆ ਗਾਂਧੀ ਨੂੰ ਮਿਲਣ ਗਿਆ। ਜਿਹੜੀ ਦੂਸਰੀ ਫੋਟੋ ਕੱਢੀ ਉਹ ਕੱਢੀ ਜਦ ਕੈਪਟਨ ਅਮਰਿੰਦਰ ਸਿੰਘ ਦੇ ਦੋਹਤਰੇ ਦਾ ਵਿਆਹ ਸੀ, ਉੱਥੇ ਮਿਲ ਗਏ ਤੇ ਅਸੀਂ ਉਹਨੇ ਫੋਟੋ ਖਿੱਚ ਲਈ। ਇਹ ਕੀ ਹੈ? ਮੈਂ ਐਡਮਿਟ ਕਰਦਾ ਮੇਰੇ ਕਾਂਗਰਸ ਸਰਕਾਰ ਨਾਲ ਸੰਬੰਧ ਸਨ ਸਿੱਖਾਂ ਦੇ ਕੰਮ ਕਰਾਉਣ ਵਾਸਤੇ। ਮੈਨੂੰ ਦੱਸੋ ਇੱਕ ਪੈਸੇ ਦਾ ਕੰਮ ਕਿਸੇ ਕਾਂਗਰਸ ਸਰਕਾਰ ਕੋਲ ਕਰਾਇਆ ਹੋਵੇ। ਮੈਨੂੰ ਕੈਨੇਡਾ ਤੋਂ ਟੈਲੀਫੋਨ ਆਇਆ ਸਰਦਾਰ ਕੁਲਦੀਪ ਸਿੰਘ ਦਾ ਵੈਨਕੂਵਰ ਤੋਂ, ਸਰਨਾ ਜੀ ਸਵੇਰੇ 5 ਵਜੇ ਫਾਂਸੀ ਲੱਗ ਜਾਣੀ ਹੈ। ਮੈਂ ਕਿਹਾ ਨਹੀਂ ਲੱਗਦੀ। ਉਹ ਕਹਿੰਦਾ ਜੀ ਤੁਹਾਨੂੰ ਨਹੀਂ ਪਤਾ, ਅਸੀਂ ਰਾਤੀ 12 ਵਜੇ ਕੀਤਾ ਕਪਿਲ ਸਿਬਲ ਨੂੰ ਟੈਲੀਫੋਨ। ਉਸਨੇ ਕਿਹਾ ਜੀ ਜੇ ਇਸ ਨੂੰ ਫਾਂਸੀ ਮੇਰੇ ਸਾਡੇ ਹੋਣੇ ਆ ਫਾਂਸੀ ਨਹੀਂ ਲੱਗਦੀ। ਰਾਤੀ 12 ਵਜੇ ਉਹਨੇ ਮੈਨੂੰ ਜਵਾਬ ਦਿੱਤਾ। ਇਹ ਕੌਮ ਦੇ ਕੰਮ ਵਾਸਤੇ ਮੈਂ ਟੈਲੀਫੋਨ ਨਾ ਕਰਾਂ? ਮੈਂ ਮਿਲਾਂ ਨਾ ਹੈ ਜੀ ਮੱਜੂ ਦੇ ਟਿੱਲੇ ਚ, ਜਮਨਾ ਦੇ ਬੈੱਡ ਦੇ ਉੱਤੇ ਅਸੀਂ ਸਾਰਾ ਕਬਜ਼ਾ ਕਰ ਲਿਆ, ਸਰਾਵਾਂ ਬਣਾਤੀਆਂ, ਆਪਣੇ ਕੁਆਟਰ ਬਣਾਤੇ ਵਰਕਰਾਂ ਵਾਸਤੇ, ਆਰਡਰ ਆ ਗਏ ਤੋੜੋ ਜੀ, ਨਹੀਂ ਤੋੜਨ ਦਿਆਂਗੇ। ਉਸੇ ਵਕਤ ਅਜੇ ਮਾਕਨ ਆਇਆ ਸਾਡੇ ਕੋਲ, ਉਸਨੇ ਮਿਸਟਰ ਰੈਡੀ ਹੁੰਦੇ ਸਨ ਮਿਨਿਸਟਰ, ਉਹਨੂੰ ਟੈਲੀਫੋਨ ਕੀਤੀ ਹੈਦਰਾਬਾਦ, ਉਹਨੇ ਆਰਡਰ ਕੀਤਾ ਜਾਂ ਵਾਪਸ ਚਲੇ ਜਾਓ, ਅੱਜ ਸਾਡੇ ਕੋਲ ਜਗ੍ਹਾ ਪਈ ਹੈ ਨਾ, ਹੈ ਤੁਹਾਡੇ ਕੋਲ ਤੇ ਅਸੀਂ ਗੇਟ ਬਣਾ ਰਹੇ ਸਨ, ਤੁਹਾਡੇ ਕੋਲ ਗੇਟ ਹੀ ਪੂਰਾ ਹੋਇਆ। ਤੁਹਾਡੀ ਔਕਾਤ ਸਰਕਾਰ ਵਿੱਚ ਇਹ ਵੇ, ਤੁਹਾਡੀ ਔਕਾਤ ਪਾਰਟੀ ਚ ਇਹ ਵੇ, ਦੱਸੋ ਤੁਸੀਂ। ਇੱਕ ਤੁਸੀਂ ਓਪਰੇਸ਼ਨ ਲੋਟਸ ਦਾ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ ਅਕਾਲੀ ਦਲ ਦੇ ਅੰਦਰ ਓਪਰੇਸ਼ਨ ਲੋਟਸ ਬੀਜੇਪੀ ਚਲਾ ਰਹੀ ਹੈ। ਬੀਜੇਪੀ ਇਹ ਕਹਿੰਦੀ ਕਿ ਅਕਾਲੀ ਦਲ ਇੰਨੀ ਕਮਜ਼ੋਰ ਹੈ ਕਿ ਕਿਸੇ ਨੂੰ ਕਿਵੇਂ ਵੀ ਚਲਾ ਦੇਗੀ ਔਰ ਅਕਾਲੀ ਦਲ ਦੇ ਲੀਡਰ ਜਿਹੜੇ ਮੰਨ ਜਾਣਗੇ। ਦੇਖੋ ਬੰਦਾ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰਦਾ ਤਾਂ ਪੂਰੀ ਕੀਤੀ ਗਈ ਹੈ। ਅਕਾਲੀਆਂ ਦੇ ਵਿੱਚ 2-4 ਨੂੰ ਛੱਡ ਕੇ ਆਮ ਅਕਾਲੀ ਬਿਲਕੁਲ ਬੀਜੇਪੀ ਨਾਲ ਰਲ ਕੇ ਰਾਜੀ ਨਹੀਂ। ਇਹਨਾਂ ਨੇ ਤੇ ਦਿੱਲੀ 'ਚ ਬੜੀਆਂ ਮੀਟਿੰਗਾਂ ਕੀਤੀਆਂ ਨਾ, ਝੂਠੀਆਂ ਸੱਚੀਆਂ, 1000 ਬੰਦਾ ਕਰ ਰਿਹਾ ਜੀ, ਫਲਾਣ ਕਰ ਰਿਹਾ ਜੀ, ਮੋਟਰਸਾਈਕਲ ਜਾ ਰਹੇ ਜੀ। ਇਹਨਾਂ ਦੇ ਇਲਾਕੇ 'ਚ 5% ਸਿੱਖਾਂ ਨੇ ਵੋਟ ਪਾਈ ਹੈ। ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਹੈ ਨਾ, ਉਹਦਾ ਕਾਰਨ ਇਹ ਹੈਗਾ ਇਹਨਾਂ ਨੇ ਸਪਸ਼ਟ ਨੀਤੀ ਨਹੀਂ ਬਣਾਈ ਪੰਜਾਬ ਦੇ ਲੋਕਾਂ ਉੱਤੇ ਬਈ ਸਾਡਾ ਕੋਈ ਸਮਝੌਤਾ ਨਹੀਂ ਹੈ, ਅੱਜ ਤੋਂ ਬਾਅਦ ਅਸੀਂ ਇਹਨਾਂ ਨਾਲ ਹੁਣ ਸਮਝੌਤਾ ਕਰਨਾ ਹੀ ਨਹੀਂ। ਇਹ ਗਲਤੀ ਸੀਗੀ ਅਕਾਲੀ ਦਲ ਦੀ, ਗਲਤੀ ਸੀ।
ਇਹ ਅਗਰ ਸਪਸ਼ਟ ਕਰਦੇ ਪੰਜਾਬ ਦੇ ਵਿੱਚ ਲੜਾਈ ਸਿੱਧੀ ਸੀ ਜਾਂ ਪ੍ਰੋ ਮੋਦੀ ਜਾਂ ਐਂਟੀ ਮੋਦੀ। ਕਾਂਗਰਸ ਕਿਵੇਂ ਜਿੱਤ ਗਈ 8 ਸੀਟਾਂ ਜੀ? ਹੈਂ ਅਮਰਿੰਦਰ ਸਿੰਘ ਕਹਿੰਦੇ 8 ਜਿੱਤੀਆਂ, ਹੁਣ ਕਿਵੇਂ ਜਿੱਤ ਗਈ ਜਿਹੜੇ ਲੀਡਰ ਹੀ ਸਾਰੇ ਬੀਜੇਪੀ ਖਰੀਦ ਕੇ ਲੈ ਗਏ? ਨਹੀਂ ਆਪਰੇਸ਼ਨ ਲੋਟਸ ਵਾਲਾ ਤੁਸੀਂ ਜ਼ਿਕਰ ਕਿਵੇਂ ਕਰ ਰਹੇ ਹੋ? ਸੁਣੋ ਸੇਨਾ ਜੀ, ਤੁਸੀਂ ਕਿਤੇ ਲੈ ਗਏ? ਜਦ ਮੈਂ ਕਹਿ ਰਿਹਾ ਸ਼ਾਇਦ ਅੱਗੇ ਕਹਿ ਬੈਠਾ ਬਈ ਜਦ ਸੁਖਬੀਰ ਸਿੰਘ ਬਾਦਲ ਨੇ ਨਹੀਂ ਗੱਲ ਮੰਨੀ, ਉਹਨੇ ਕਿਹਾ ਮੈਂ ਸੁਖਬੀਰ ਸਿੰਘ ਬਾਦਲ ਕੋ ਵੀ ਨਹੀਂ ਰਹਿਣੇ ਦੂੰਗਾ ਔਰ ਪਾਰਟੀ ਕੋ ਕਮਜ਼ੋਰ ਕਰਕੇ ਆਪਣੇ ਸੁਣ ਲੂੰਗਾ। ਉਹਨਾਂ ਦੀ ਪਾਲਸੀ ਹੈਗੀ ਬੇਸ਼ੱਕ ਕਾਂਗਰਸੀ ਤੋੜ ਲੈਣ ਹੋਰ ਤੋੜ ਲੈਣ, ਪਰ ਉਹਨਾਂ ਨੂੰ ਪਤਾ ਜਦ ਤੱਕ ਅਕਾਲੀ ਦਲ ਨੂੰ ਖਤਮ ਨਹੀਂ ਕਰਾਂਗੇ, ਤੋੜਾਂਗੇ ਨਹੀਂ, ਖਤਮ ਨਹੀਂ ਕਰਾਂਗੇ, ਤਦ ਤੱਕ ਅਸੀਂ ਪੰਜਾਬ 'ਚ ਰਾਜ ਨਹੀਂ ਕਰ ਸਕਦੇ। ਕਰਾ ਲੈਣਾ ਸਾਰੀਆਂ ਚੋਣਾਂ 'ਚ, ਮੈਂ ਦੇਖਾਂਗਾ 18% ਦੀਆਂ ਕਿ 8% ਦੀਆਂ, ਲਾਲ ਵੇ ਸੁਨੀਲ ਜਾਖੜ ਵੀ ਲੋੜ ਤੇ ਬਾਕੀ ਕਦੇ SGPC ਚੋਣਾਂ ਕਰਿਓ? ਹਾਂਜੀ ਕਿਹੜੀਆਂ ਚੋਣਾਂ? ਨਹੀਂ ਜਿਹੜੀਆਂ ਪੰਜਾਬ ਅਸੈਂਬਲੀ ਦੀਆਂ ਹੋਣੀਆਂ। ਹੈਂ ਕੀ ਗੱਲ ਹੈਗੀ? ਨਹੀਂ ਆਪਰੇਸ਼ਨ ਲੋਟਸ ਦਾ ਜ਼ਿਕਰ ਤੁਸੀਂ ਕਿਵੇਂ ਕਰ ਰਹੇ ਹੋ? ਲੋਟਸ ਹੀ ਹੈ ਨਾ ਜੀ, ਲੋਟਸ ਹੀ ਨਾ ਆਪਰੇਸ਼ਨ ਹੈ। ਲੋਟਸ ਕਿਹਦਾ ਸਿੰਬਲ ਹੈ? ਹੈ ਇਹ ਲੋਟਸ ਆਪਰੇਸ਼ਨ ਸੀ ਨਾ, ਮਲੂਕਾ ਲੈ ਗਏ ਢੀਸਾ ਤੁਹਾਡੇ ਨਾਲ ਸੀ, ਸਾਡੇ ਕੋਲ ਦੁਬਾਰਾ ਭੇਜਿਆ ਫਿਰ ਤੁਸੀਂ ਲੈ ਗਏ। ਹੈਂ ਜੀ ਚੰਦੂ ਮਹਾਰਾਜ ਦੇ ਸੀ ਵੀ ਅਸੀਂ ਆਪਰੇਸ਼ਨ ਰਲ ਕੇ ਚੋਣਾਂ ਲੜੀਆਂ ਨਹੀਂ ਲੜੀਆਂ, ਆਪਰੇਸ਼ਨ ਲੋਟਸ ਵਿੱਚ ਨਾ। ਹਾਲੇ ਮੈਂ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦਾ, ਮੇਰੇ ਕੋਲ ਜ਼ਿਆਦਾ ਨਾ ਗੱਲਾਂ ਖੁਲਾਓ ਨਾ। ਨਹੀਂ ਖੋਲ ਦਿਓ, ਰਹਿ ਕੀ ਗਿਆ ਹੁਣ? ਹੈਂਜੀ ਰਹਿ ਕੀ ਗਿਆ, ਖੋਲ ਦਿਓ ਜੋ ਰਹਿ ਗਿਆ। ਕਿਹੜਾ ਰਹਿ ਗਿਆ? ਆਣ ਗਏ ਕਿਤੇ ਨਾ ਕਿਤੇ ਜਾਣਾ ਹੈ। ਇਹ ਬਗੈਰ ਅਕਾਲੀ ਦਲ ਦੇ ਸਰਵਾਈਵ ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਾਂ, ਅਸੀਂ ਤਾਂ ਅਕਾਲੀ ਦਲ ਬੜਾ ਵਧੀਆ ਮਜ਼ਬੂਤ ਕੀਤਾ ਨੇ। ਹੈਂਜੀ ਬਈ ਜਲੰਧਰ ਦੇ ਵਿੱਚ ਬੈਠਕਾਂ ਕਰ ਰਹੇ ਹੋ, ਮਜ਼ਬੂਤ ਕਰ ਰਹੇ ਹੋ? ਇਹ ਮਜ਼ਬੂਤੀ ਹੈ? ਚੰਦੂ ਮਾਜਰਾ ਜੀ ਇਹ ਤਾਂ ਤੁਸੀਂ ਸੜਕ ਤੇ ਗੱਲਾਂ ਕਰ ਰਹੇ ਹੋ ਨਾ, ਕਮਰੇ ਅੰਦਰ ਦੱਸੋ ਮਜ਼ਬੂਤੀ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਚਾਲਾਂ ਤੁਹਾਡੀਆਂ? ਨਹੀਂ ਲੇਕਿਨ ਜੇ ਤੁਸੀਂ ਕੈਂਡੀਡੇਟ ਆਪਣਾ ਜਲੰਧਰ ਵੈਸਟ ਵਿੱਚ ਅਨਾਊਂਸ ਕਰ ਦਿੱਤਾ, ਫਿਰ ਕਿਉਂ ਉਹਦੇ ਤੋਂ ਵਾਪਸ ਲਿਆ, ਕਿਉਂ BSP ਨੂੰ ਦੇ ਰਹੇ ਹੋ? ਸਰਦਾਰ ਸੁਖਬੀਰ ਸਿੰਘ ਦਾ ਕਿੰਨਾ ਟਰੱਸਟ ਇਹਨਾਂ ਦੇ, ਬਈ ਵਡਾਲਾ ਸਾਹਿਬ, ਬੀਬੀ ਜਗੀਰ ਕੌਰ, ਤੀਜੀ ਪਤਨ ਕੌਣ ਇੱਥੇ, KP ਉਹ ਆਪਣਾ KP ਤੇ ਡਾਕਟਰ ਸੁੱਖੂ, ਇਹ ਅਨਾਊਂਸ ਕਰ ਦੇਣ। ਉਹ ਕਹਿੰਦੇ ਸਾਨੂੰ ਪੁੱਛਿਆ ਹੀ ਨਹੀਂ। ਇਹ ਕੱਲ ਇਸ ਕੈਂਡੀਡੇਟ ਨੂੰ ਬੁਰੀ ਤਰ੍ਹਾਂ ਹਰਾ ਦੇਣ ਤੇ ਫਿਰ ਕਹਿਣ, ਦੇਖਿਆ ਜੀ ਅਕਾਲੀ ਦਲ ਤੇ ਇੱਥੋਂ ਵੀ ਕਿੰਨੀ ਬੁਰੀ ਤਰ੍ਹਾਂ ਮਾਰ ਖਾ ਗਿਆ। ਉਹ ਹੁਣ ਬਚਣ ਲਈ ਉਹਨਾਂ ਨੇ ਸਟੈਪ ਲਿਆ, ਬਿਲਕੁਲ ਠੀਕ ਲਿਆ। ਉਹ ਹੁਣ ਅੰਮ੍ਰਿਤਪਾਲ ਤੋਂ ਸਮਰਥਨ ਮੰਗ ਰਹੇ? ਦੇਖੋ ਮੇਰੀ ਗੱਲ ਸੁਣੋ, ਜਿਸ ਕੋ ਮਰਜ਼ੀ ਮੰਗਣ, ਸਾਨੂੰ ਕੀ ਲੈਣਾ ਦੇਣਾ? ਲੈ ਲੈ, ਜੇ ਉਹਨਾਂ ਨੇ ਅੰਮ੍ਰਿਤਪਾਲ ਵਾਰਾ ਨੇ ਬਾਕੀ ਪਾਰਟੀਆਂ ਦੇ ਬੰਦਿਆਂ ਨੂੰ ਦੇਣਾ ਤੇ ਦੇਣ, ਇਸ ਵਿੱਚ ਸਾਨੂੰ ਕੀ ਤਕਲੀਫ ਹੈ? BJP ਦੇ ਉੱਤੇ ਤੁਸੀਂ ਲਗਾਤਾਰ ਇਲਜ਼ਾਮ ਲਗਾ ਰਹੇ ਹੋ, BJP ਕਹਿ ਰਹੀ ਅਸੀਂ ਇਸ ਦੇ ਪਿੱਛੇ ਨਹੀਂ ਆ, ਤੁਸੀਂ ਆਪਣਾ ਘਰ ਮਜ਼ਬੂਤ ਕਰੋ, ਅਸੀਂ ਤਾਂ ਚਾਹੁੰਦੇ ਹਾਂ ਅਕਾਲੀ ਦਲ ਮਜ਼ਬੂਤ ਹੋਵੇ। ਐਡੇ ਸਿਆਣੇ ਹੋ ਗਏ, ਐਡੀ ਛੇਤੀ ਉਹ ਗੱਲ ਮੰਨਣ ਵਾਲੇ ਨੇ, ਸਭ ਚੀਜ਼ ਜਾਣਦੇ ਹਨ, ਸਭ ਜਾਣਦੇ ਹਨ, ਜਾਣਤ ਹੀ ਸਭ ਜਾਣਾ ਹੋ ਕਰ, ਇਸ ਵਾਸਤੇ ਇਹਨਾਂ ਗੱਲਾਂ ਕੁਝ ਨਹੀਂ ਪਿਆ। ਅੰਮ੍ਰਿਤਪਾਲ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਉਹ ਸਮਰਥਨ ਮੰਗ ਰਹੇ ਆ, ਔਰ BJP ਕਹਿ ਰਹੀ ਕਹਿੰਦੇ ਕਿ ਅਕਾਲੀ ਦਲ ਕਮਜ਼ੋਰ ਹੋਈ ਇਸ ਕਰਕੇ ਅੰਮ੍ਰਿਤਪਾਲ ਮਜ਼ਬੂਤ ਹੋਇਆ? ਦੇਖੋ ਜਿੱਤੇ ਸਾਡੇ ਵੱਲੋਂ ਜਿਹਨੂੰ ਮਜ਼ਬੂਤ ਮਰਜ਼ੀ ਕਰ ਲਓ, ਅੱਜ ਜੇ ਪਿਛਲੇ 35 ਸਾਲਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ ਲੀਡਰ ਜਿਹਦੀਆਂ ਇੱਥੀਆਂ ਕੁਰਬਾਨੀਆਂ ਹੈ ਉਹ ਕਾਮਯਾਬ ਨਹੀਂ ਹੋਇਆ ਅਕਾਲੀ ਦਲ ਨੂੰ ਛੱਡ ਕੇ, ਬਾਕੀ ਕੌਣ ਹੋਏਗਾ? ਕਿੱਧਰ ਗਏ ਮੰਡ ਸਾਹਿਬ, ਕਿੱਧਰ ਗਏ ਬਾਕੀ ਦੇ, ਹੈਂ
ਜੇ ਉਹ ਨਹੀਂ ਕਾਮਯਾਬ ਹੋਏ ਕਾਮਯਾਬ ਹੋ ਜਾਣਗੇ। 2 ਲੱਖ ਵੋਟ ਤੋਂ ਜ਼ਿਆਦਾ ਮਾਰਜਨ ਤੋਂ ਅੰਮ੍ਰਿਤਪਾਲ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਜਿੱਤੇ। ਸਰ ਸਿਮਰਨਜੀਤ ਸਿੰਘ ਮਾਨ 6 ਲੱਖ ਵੋਟਾਂ ਤੋਂ ਜਿੱਤਿਆ ਸੀ, ਅੱਜ ਕਿੱਥੇ ਨੇ? ਸਾਰੇ ਲੱਖਾਂ ਵੋਟਾਂ ਤੋਂ ਜਿੱਤੇ ਸਨ, ਅੱਜ ਕਿੱਥੇ ਨੇ? ਜੇ ਉਹ ਲੀਡਰ ਨਹੀਂ ਕਾਮਯਾਬ ਹੋ ਸਕੇ ਅਕਾਲੀ ਦਲ ਦੇ ਮੁਕਾਬਲੇ ਤੇ, ਇਹ ਕਿੱਥੋਂ ਹੋਣਗੇ? ਨਹੀਂ ਕਾਮਯਾਬ ਹੋਣਗੇ, ਉਹ ਮਤਲਬ ਨਹੀਂ ਹੈ ਜੀ ਕਾਮਯਾਬੀ ਛੱਡ ਕੇ। ਉਹ ਤਾਂ ਕਹਿੰਦਾ ਜਿਮਨੀ ਚੋਣ ਵੀ ਲੜਾਂਗੇ, ਐਸਜੀਪੀਸੀ ਚੋਣ ਵੀ ਲੜਾਂਗੇ, ਸਾਰੀਆਂ ਚੀਜ਼ਾਂ ਲੜਾਂਗੇ। ਤੁਸੀਂ ਸਾਰੀਆਂ ਚੋਣਾਂ ਲੜ ਲਓ। ਹਾਂ ਹੈ ਜੀ, ਜੇ ਨਹੀਂ ਮੈਂ ਕਿਸੇ ਦਾ ਨਾਂ ਲੈਣਾ, ਜੇ ਤੁਸੀਂ ਇਤਨੇ ਕਾਬਲ ਹੁੰਦੇ ਤਾਂ ਘਾਟਾ ਕਿਸ ਗੱਲ ਦਾ ਸੀ? ਅਕਾਲੀ ਦਲ ਨਾ 22 ਦੀਆਂ ਚੋਣਾਂ ਹਾਰਦਾ ਤੇ ਨਾ 24 ਦੀਆਂ ਚੋਣਾਂ ਹਾਰਦਾ। ਤੁਸੀਂ ਸੁਖਬੀਰ ਦੇ ਸੱਜੇ ਖੱਬੇ ਬੈਠ ਕੇ ਉਹਨੂੰ ਕਹੋ ਜੀ ਜਦ ਮੀਟਿੰਗਾਂ ਹੁੰਦੀਆਂ ਚੰਦੂ ਮਾਜਰਾ ਦੀ, ਤੁਸੀਂ ਕਿੱਥੇ ਬੈਠਦੇ ਹੋ? ਜਾਂ ਸੁਖਬੀਰ ਸਿੰਘ ਦੇ ਸੱਜੇ ਤੇ ਜਾਂ ਖੱਬੇ, ਤੀਸਰੀ ਕੁਰਸੀ ਤੇ ਤੁਹਾਨੂੰ ਪਸੰਦ ਹੀ ਨਹੀਂ ਹੈਗੀ। ਹਾਂਜੀ, ਫਿਰ ਤੁਹਾਡੀ ਜਿਹੜੀ ਰਾਏ ਹੁੰਦੀ ਸੀ ਉਹ ਮੰਨੀ ਜਾਂਦੀ ਸੀ? ਤੁਹਾਡੀ ਇੱਕ ਟੈਲੀਫੋਨ ਨਹੀਂ ਸੁਣੀ ਉਸਨੇ ਤੇ ਤੁਸੀਂ ਕਹੋ ਜੀ ਮੈਂ ਹੁਣ ਬਗਾਵਤ ਕਰ ਰਿਹਾ? ਨਹੀਂ, ਹੁਣ ਅਕਾਲੀ ਦਲ ਠੀਕ ਕਿਵੇਂ ਹੋਏਗਾ? ਪ੍ਰਧਾਨ ਬਦਲ ਕੇ ਠੀਕ ਹੋਏਗਾ? ਬਿਨਾਂ ਪ੍ਰਧਾਨ ਬਦਲੇ ਠੀਕ ਹੋਏਗਾ? ਭਵਿੱਖ ਕਿਵੇਂ ਠੀਕ ਹੋਏਗਾ ਅਕਾਲੀ ਦਲ ਦਾ? ਦੇਖੋ ਤੁਸੀਂ ਨਾ ਇੱਕ ਗੱਲ ਮੈਂ ਦੱਸਾਂ, ਇਹ ਸਾਡੀ ਪਾਰਟੀ ਦਾ ਕੰਮ ਹੈਗਾ, ਇਹ ਸਾਡਾ ਕੰਮ ਹੈ। ਜਿਵੇਂ ਠੀਕ ਹੋਏਗਾ ਠੀਕ ਹੋਏਗਾ। ਚੰਦੂ ਮਾਜਰਾ ਕਿਹੜੀ ਰਾਸ਼ਟਰੀ ਪਾਰਟੀ ਹੈ ਜਿਸਨੇ ਉਤਰਾਅ ਨਹੀਂ ਵੇਖਿਆ? 86-87 ਤੋਂ ਲੈ ਕੇ ਸਨ 96 ਤੱਕ ਅਕਾਲੀ ਦਲ ਨਿਵਾਣ ਵੱਲ ਜਾ ਰਿਹਾ ਸੀ। ਲੇਕਿਨ ਇਨੈਲੋ ਵਰਗੀ ਹਾਲਤ ਤਾਂ ਨਹੀਂ ਹੋ ਜਾਏਗੀ ਜਿਵੇਂ ਇਨੈਲੋ JJP ਹੋਇਆ? ਅਭੈ ਚੌਟਾਲਾ ਇੱਕ ਪਾਸੇ ਰਹਿ ਗਏ, ਦੁਸ਼ਯੰਤ ਚੌਟਾਲਾ ਬਾਕੀ ਪਾਰਟੀ ਲੈ ਗਏ, ਅਜਿਹਾ ਤਾਂ ਨਹੀਂ? ਇਹ ਗੱਲ ਸੁਣ ਲਓ, ਇਹ ਅਸੀਂ ਚੌਟਾਲਿਆਂ ਕਹਿਣ ਜਾਂ ਬਾਕੀਆਂ ਕਹਿਣ ਕਿਸੇ ਕਮਰੇ 'ਚ ਪਾਰਟੀ ਨਹੀਂ ਬਣਾਈ। ਇਸੇ ਲਈ ਅਕਾਲ ਤਖ਼ਤ ਸਭ ਤੇ ਪਾਰਟੀ ਬਣੀ ਹੋਈ ਹੈ, ਪਰ ਸਿੰਘਾਂ ਦੇ ਸ਼ਹਾਦਤ ਤੋਂ ਬਣੀ ਹੋਈ ਹੈ, ਇਹਨੂੰ ਕੋਈ ਨਹੀਂ ਹੇਠ ਉੱਪਰ ਕਰ ਸਕਦਾ। ਇਹ ਪਾਰਟੀ ਅਕਾਲੀ ਦਲ ਰਹਿੰਦੀ, ਹੋਰ ਪਾਰਟੀਆਂ ਭਾਵੇਂ ਖਤਮ ਹੋ ਜਾਣ, ਅਕਾਲੀ ਦਲ ਰਹਿੰਦੀ ਦੁਨੀਆਂ ਦਾ ਅਜਿਹਾ। ਕਿਉਂਕਿ ਮਹਾਰਾਸ਼ਟਰ 'ਚ ਵੀ ਦੇਖਿਆ ਸ਼ਿੰਦੇ ਨੇ ਆਪਣਾ ਸਾਰਾ ਮਹਾਰਾਸ਼ਟਰ, ਫਿਰ ਕੌਣ ਗਿਆ? ਪਬਲਿਕ ਕਿਹਦੇ ਨਾਲ ਗਈ ਹੈ? ਨਹੀਂ, ਪੰਜਾਬ 'ਚ ਵੀ ਇਹੀ ਤਸਵੀਰ ਤਾਂ ਨਹੀਂ ਹੋ ਜਾਏਗੀ? ਮੈਂ ਕਹਿੰਦਾ ਜੀ ਚੰਦੂ ਮਾਜਰਾ ਔਰ ਬਾਕੀਆਂ ਨਾਲ ਸਾਰੇ ਚਲੇ ਜਾਣ, ਸੁਖਬੀਰ ਬਾਦਲ ਇਕੱਲੇ ਰਹਿ ਜਾਣ। ਦਿੱਲੀ ਦੀ ਸਰਕਾਰ ਭਾਵੇਂ ਕੋਈ ਬੈਠਾ ਹੋਵੇ, ਉਹ ਪੰਜਾਬ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਨੀਤੀ ਰੱਖਦੀ ਹੈ। ਮੈਨੂੰ ਇਹ ਦੱਸੋ ਨਾ, ਅੱਜ 5 ਸਾਲ ਹੋ ਗਏ, ਤੁਸੀਂ ਪੰਜਾਬ ਦਾ ਬਾਰਡਰ ਕਿਉਂ ਬੰਦ ਕੀਤਾ ਜੀ? ਮਤਲਬ ਗੁਜਰਾਤ ਤੋਂ ਮਾਲ ਕਰਾਚੀ ਜਾ ਸਕਦਾ ਹੈ, ਹੈਂਜੀ, ਬੰਬਈ ਤੋਂ ਜਾ ਸਕਦਾ ਹੈ, ਪੰਜਾਬ ਤੋਂ ਨਹੀਂ ਜਾ ਸਕਦਾ। ਤੁਸੀਂ ਸੁਖਬੀਰ ਬਾਦਲ ਨੂੰ ਸਲਾਹ ਕੀ ਦਿੱਤੀ? ਹੁਣ ਤੁਸੀਂ ਸੁਖਬੀਰ ਬਾਦਲ ਨੂੰ ਸਲਾਹ ਕੀ ਦਿੱਤੀ ਪਾਰਟੀ ਕਿਵੇਂ ਠੀਕ ਹੋਵੇ? ਤੁਸੀਂ ਮੈਨੂੰ ਇਹ ਦੱਸੋ, ਜਿਹੜੀ ਸਲਾਹ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਹੈ ਉਹ ਮੈਂ ਤੁਹਾਡੇ ਵਰਗਿਆਂ ਨੂੰ ਦੱਸਦਾ, ਤਾਂ ਤੁਸੀਂ ਸਰਸੇ ਵਰਗਿਆਂ ਨੂੰ ਦੱਸਦੇ ਹੋ? ਨਹੀਂ, ਸਾਰੀ ਗੱਲ ਤਾਂ ਤੁਸੀਂ ਦੱਸ ਰਹੇ ਹੋ, ਨਹੀਂ ਸਾਰੀ ਗੱਲ ਤਾਂ ਤੁਸੀਂ ਰੱਖ ਹੀ ਰਹੇ ਹੋ। ਆਈ ਕੈਨਟ, ਕਿਉਂਕਿ ਉਹ ਕਹਿੰਦੇ ਸਲਾਹਕਾਰ ਹੀ ਮਰਵਾ ਰਹੇ ਅੱਜ ਕੱਲ੍ਹ। ਕੌਣ ਕਹਿੰਦਾ? ਸਾਰੇ BJP ਕਹਿ ਰਹੀ ਹੈ ਜਾਂ ਤਾਂ ਬਾਕੀ ਧੜਾ ਕਹਿ ਰਿਹਾ ਕਿ ਸਲਾਹਕਾਰਾਂ ਨੇ ਮਰਵਾਇਆ, ਜਿਹੜੇ ਉਹਨਾਂ ਦੇ ਆਸ ਪਾਸ ਚਮਚੇ ਨੇ ਉਹਨਾਂ ਨੇ ਮਰਵਾਇਆ। ਸੁਖਬੀਰ ਚੰਦੂ ਮਾਜਰਾ ਵੀ ਸੀ, ਜਗੀਰ ਕੌਰ ਵੀ ਸੀ, ਵਡਾਲਾ ਵੀ ਸੀ, ਉਹਦਾ ਨਾਂ ਕੀ ਹੈ, ਢੀਂਡਸਾ ਵੀ ਸੀ, ਹੈ ਜੀ, ਜਿਸ ਢੀਂਡਸੇ ਨੂੰ 4 ਵਾਰ ਲੱਛਣਾ ਹਾਰਨ ਤੋਂ ਬਾਅਦ ਰਾਸ਼ਟਰਵਾਦੀ ਮੈਂਬਰੀ ਦਿੰਦੇ ਗਏ ਤੇ ਉਹ ਸਲਾਹਕਾਰ ਨਹੀਂ ਸਨ? ਤੁਹਾਡੀ ਸਲਾਹ ਕੰਮ ਆਏਗੀ ਉਹਨਾਂ ਦੇ? ਕਹਿੰਦੇ ਜੀ ਸੁਖਬੀਰ, ਮੇਰੀ ਦੇਖੋ ਗੱਲ ਸੁਣੋ, ਮੇਰੀ ਸਲਾਹ ਕੰਮ ਆਵੇ ਨਾ ਹੋਵੇ, ਮੈਂ ਸਲਾਹ ਉਹ ਦੇਣੀ ਹੈ ਜੋ ਗੁਰੂ ਨੂੰ ਭਾਉਂਦੀ ਹੋਵੇਗੀ, ਉਹ ਸਲਾਹ ਦਿਆਂਗਾ ਮੈਂ। ਜਿਹੜੀ ਸਲਾਹ ਦਿਆਂਗਾ ਜਿਹੜੇ ਸਾਡੇ ਬੁੱਧੀਜੀਵੀ ਚੰਡੀਗੜ੍ਹ ਬੈਠੇ ਨੇ ਉਹਨਾਂ ਕੋਲ ਪੁੱਛ ਕੇ ਦਿਆਂਗਾ। ਅਜੇ ਵੀ ਰਾਹ ਖੁੱਲੇ ਨੇ ਚੰਦੂ ਮਾਜਰਾ ਜਾਂ ਬਾਕੀਆਂ ਲਈ? ਅਜੇ ਵੀ ਉਹ ਅਜੇ ਵੀ ਖੁੱਲੇ? ਕੌਣ ਕਰਾਏਗਾ? ਹਾਂਜੀ, ਕੌਣ ਕਰਾਏਗਾ, ਕਿਵੇਂ ਹੋਏਗਾ? ਤੁਸੀਂ ਇਹਨਾਂ ਨੂੰ ਸਮਝਾ ਦਿਓ, ਮੈਂ ਕਰਾ ਦਿਆਂਗਾ।
ਨਹੀਂ ਤੁਸੀਂ ਦੱਸੋ ਕਿਵੇਂ ਕਿੱਦਾਂ ਕੀ ਹੱਲ ਹੈ, ਕਿਉਂਕਿ ਉਹ ਤੇ ਕਹਿੰਦੇ ਵੀ ਕਿ ਅਸੀਂ ਅਕਾਲੀ ਦਲ ਚ ਆ, ਪ੍ਰਧਾਨ ਬਦਲ ਦੋ, ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ। ਗੱਲ ਹੈ ਕਿ ਕੱਲ ਤੁਸੀਂ ਕਹੋਗੇ ਜੀ ਫਲਾਣਾ ਕਰਦੇ ਹੋ, ਢੀਂਗਣਾ ਕਰਦੇ ਹੋ, ਇਹ ਕਰਦੇ ਹੋ, ਤੁਸੀਂ ਮੁਸਲਿਮ ਲੀਗ ਨਾਲ ਸਮਝੌਤਾ ਕਰੋ, ਤੁਸੀਂ ਬੀਜੇਪੀ ਨਾਲ ਸਮਝੌਤਾ ਕਰੋ, ਤੁਸੀਂ ਕਾਂਗਰਸ ਨਾਲ ਕਰੋ, ਜਦ ਵੀ ਤੁਹਾਡੀ ਗੱਲ ਨਹੀਂ ਮੰਨੇਗੀ ਤੁਸੀਂ ਕਹੋਗੇ ਪ੍ਰਧਾਨ ਲਾ ਦਿਓ। ਨਹੀਂ ਉਹ ਕਹਿੰਦੇ ਪ੍ਰਧਾਨ ਉਹ ਲਾਓ ਜਿਹੜਾ ਸੀਐਮ ਦਾ ਦਾਅਵੇਦਾਰ ਨਾ ਹੋਵੇ। ਇੱਕ ਸਾਡੇ ਚੋਂ ਕਹਿੰਦੇ ਕੋਈ ਪ੍ਰਧਾਨ ਦਾ ਦਾਅਵੇਦਾਰ ਨਹੀਂ ਹੈ, ਅਸੀਂ ਕੋਈ ਪ੍ਰਧਾਨ ਇਸ ਵਾਸਤੇ ਦਾਅਵੇਦਾਰ ਨਹੀਂ ਹੈਗੇ ਕਿਉਂਕਿ ਪ੍ਰਧਾਨਗੀ ਦੇ ਕਾਬਲ ਨਹੀਂ ਹੈਗੇ। ਜਿਸ ਦਿਨ ਉਹ ਆਪਣੇ ਆਪ ਨੂੰ ਕਾਬਲ ਸਮਝਣਗੇ ਉਹ ਪ੍ਰਧਾਨ ਬਣਨ ਨੂੰ ਤਿਆਰ ਹੋ ਜਾਣਗੇ। ਹਾਂ ਇਹ ਜਾਣਦੇ ਹੋ, ਇਹ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਕਹਿੰਦੇ ਅਸੀਂ ਦਾਅਵੇਦਾਰ ਨਹੀਂ ਹਾਂ, ਦਾਅਵੇਦਾਰ ਕਿਉਂ ਨਹੀਂ ਹੈਗੇ? ਜਦ ਮੈਂ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਸੁਖਬੀਰ ਦੀ ਜਗ੍ਹਾ ਕਿਸ ਨੂੰ ਪ੍ਰਧਾਨ ਪਾਰਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੇ, ਤੁਸੀਂ ਦੱਸਿਆ ਨਹੀਂ ਅਸਤੀਫਾ ਦੇਵੇ ਕੀ ਅਸਤੀਫਾ ਦੇਵੇ? ਸੁਖਬੀਰ ਬਾਦਲ ਨੇ ਕਹਿੰਦੇ ਮੀਟਿੰਗ ਚ ਆਉਂਦੇ ਕਿਹਾ ਸੀ ਕਿ ਮੇਰਾ ਅਸਤੀਫਾ ਲੈ ਲਓ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ, ਇਹ ਗੱਲ ਕਹੀ ਸੀ ਸੁਖਬੀਰ ਬਾਦਲ ਨੇ ਕਿਹਾ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ। ਲਓ ਜੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਣਾ। ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ, 92% ਵਰਕਿੰਗ ਕਮੇਟੀ ਦੇ ਮੈਂਬਰ ਹਾਜ਼ਰ ਸਨ, ਸਰ ਸੁਖਬੀਰ ਸਿੰਘ ਨੇ 92 ਉਹ ਹਾਜ਼ਰ ਸਨ। ਸਰ ਸੁਖਬੀਰ ਸਿੰਘ ਨੇ ਕਿਹਾ ਕਿ ਅੱਜ ਦੀ ਮੀਟਿੰਗ ਬੁਲਾਉਣ ਦਾ ਮਕਸਦ ਮੇਰਾ ਕਈ ਪਾਰਟੀ ਦੇ ਲੀਡਰ ਉਹ ਚਾਹੁੰਦੇ ਨੇ ਕਿ ਮੈਂ ਅਸਤੀਫਾ ਦਿਆਂ ਅਤੇ ਮੇਰੀ ਜਗ੍ਹਾ ਕੋਈ ਹੋਰ ਪ੍ਰਧਾਨ ਬਣ ਜਾਏ। ਮੈਂ ਅੱਜ ਤੁਹਾਨੂੰ ਇਸ ਵਾਸਤੇ ਬੁਲਾਇਆ ਕਿ ਜੇ ਤੁਸੀਂ ਮੇਰਾ ਅਸਤੀਫਾ ਚਾਹੁੰਦੇ ਹੋ, ਮੈਨੂੰ ਪ੍ਰਧਾਨਗੀ 'ਤੇ ਦੇਖਣਾ ਨਹੀਂ ਚਾਹੁੰਦੇ ਹੋ, ਤਾਂ ਮੈਂ ਹੁਣੇ ਤੁਹਾਡਾ ਅਸਤੀਫਾ ਦੇ ਕੇ ਘਰ ਚਲਾ ਜਾਵਾਂਗਾ, ਤੁਹਾਡੇ 'ਤੇ ਕੋਈ ਕੁਸ਼ਚਨ ਨਹੀਂ ਕਰਾਂਗਾ। ਉਹ ਅੱਗੇ ਬੋਲਣ ਲੱਗੇ, ਮੈਂ ਕਿਹਾ ਜੀ ਹੁਣ ਚੁੱਪ ਕਰ ਜਾਓ। ਤੁਸੀਂ ਸੁਖਬੀਰ ਬਾਦਲ ਨੂੰ ਕਿਹਾ? ਮੈਂ ਕਿਹਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਹੁਣ ਅਸਤੀਫਾ ਦੇ ਕੇ ਘਰ ਜਾਂਦੇ ਹਾਂ। ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਤੁਸੀਂ ਪ੍ਰਧਾਨ ਸਾਹਿਬ ਨੂੰ ਦੀ ਪ੍ਰਧਾਨਗੀ ਰਹਿਣ ਦੇਣਾ ਚਾਹੁੰਦੇ ਹੋ ਕਿ ਹਟਾਉਣਾ ਚਾਹੁੰਦੇ ਹੋ? ਜੇ ਰਹਿਣ ਦੇਣਾ ਚਾਹੁੰਦੇ ਹੋ ਸਾਰੇ ਜਕਾਰਾ ਵਜਾ ਦਿਓ, ਸਾਰਿਆਂ ਨੇ ਹੱਥ ਖੜ ਕੇ ਜਕਾਰਾ ਵਜਾਏ ਹੈ ਜੀ। ਇਸ ਤੋਂ ਬਾਅਦ ਸੁਖਬੀਰ ਕੀ ਗੱਲ ਕਰ ਸਕਦੇ ਜੀ? ਤੁਹਾਡੇ ਕਿਸੇ 'ਚ ਹਿੰਮਤ ਹੈ? ਇਸ ਤੋਂ ਬਾਅਦ ਕੀ ਕਰ ਸਕਦਾ ਹੈ? ਮਤਲਬ ਤੁਸੀਂ ਇਨਡਿਸਿਪਲਿਨ ਦੀ ਇਤਨੀ ਇੰਤਹਾ ਕਰਦੇ ਹੋ ਗਏ, ਜਿਹੜੇ ਚਾਰ ਉੱਠਣਗੇ ਤੇ ਅੱਛਾ ਜੀ ਗੁਦਨਾ ਕੇ ਕਰੋ ਜੀ। ਇਹਨਾਂ ਦੇ ਉੱਤੇ ਕੋਈ ਐਕਸ਼ਨ ਵੀ ਹੋ ਸਕਦਾ, ਕਾਰਵਾਈ ਵੀ ਹੋ ਸਕਦੀ ਹੈ? ਮੈਂ ਕਹਿ ਰਿਹਾ ਜੀ ਕੋਈ ਐਕਸ਼ਨ ਦੀ ਲੋੜ ਹੀ ਨਹੀਂ ਹੈਗੀ, ਐਕਸ਼ਨ ਦੀ ਲੋੜ ਹੀ ਨਹੀਂ ਹੈ। ਇਹ ਆਪਣੀ ਜਿਹੜੀ ਪਾਰਟੀ ਜੇ ਬਣਾਉਣਗੇ ਤੇ ਬਣਾ ਲੈਣ, ਉਹਦਾ ਸਾਰੇ ਪੰਜਾਬ ਦੇ ਲੋਕਾਂ ਨੇ ਦੋ ਨਾਂ ਦਿੱਤੇ ਨੇ ਉਹਨੂੰ। ਕੋਈ ਡਿਸਿਪਲਿਨ ਕਮੇਟੀ ਕੋਈ ਐਕਸ਼ਨ ਲੈਂਦੀ ਹੋਵੇ? ਮੈਂ ਕਰਾਂ ਜੀ ਅਸੀਂ ਇਹਨਾਂ 'ਤੇ ਐਕਸ਼ਨ ਲੈਣੇ ਨਹੀਂ ਦੇਣਾ। ਠੀਕ ਹੈ, ਮੈਂ ਮਨਾ ਕੀਤਾ, ਲੋਕ ਕਹਿੰਦੇ ਐਕਸ਼ਨ ਲਓ, ਮੈਂ ਕਿਹਾ ਬਿਲਕੁਲ ਨਹੀਂ। ਠੀਕ ਦੋ ਵਾਰ ਇਹ ਆਪਣਾ ਬੀਜੇਪੀ ਮੋਦੀ ਰੱਖ ਲੈ, ਆਪਣਾ ਅਕਾਲੀ ਦਲ ਮੋਦੀ ਰੱਖ ਲੈਣ, ਅਕਾਲੀ ਦਲ ਭਾਜਪਾ ਰੱਖ ਲੈਣ, ਅਕਾਲੀ ਦਲ ਲੋਟਸ ਰੱਖ ਲੈਣ, ਅਕਾਲੀ ਦਲ ਉਹ ਕੀ ਨਾ ਆਰ ਐਸ ਐਸ ਦਾ ਜਿਹੜਾ ਪ੍ਰਧਾਨ ਹੈ ਮੋਹਨ ਭਾਗਵਤ ਰੱਖ ਲੈਣ,